ਕਾ ਸਾਹਿਬ ਦੇ ਨੌ ਪੁੱਤ ਤੁਹਾਡੇ ਪੁਰਾਣੇ ਸਾਥੀਆਂ ਨਾਲ ਬੀਜੇਪੀ ਨਾਲ ਚਲੇ ਗਏ? ਪਹਿਲੀ ਵਾਰੀ ਹੋਣਾ ਵੀ ਇਹ ਐਮ ਪੀ ਦੀ ਚੋਣ ਘੱਟ ਆ, ਇਹ ਪੰਜਾਬ ਦੀ ਇੱਜ਼ਤ ਦਾ, ਪੰਜਾਬ ਦੀ ਮੁੱਛ ਦਾ, ਪੰਜਾਬ ਦੀ ਗੈਰਤ ਦੇ ਅਣਖ ਦਾ ਸਵਾਲ ਵੱਧ ਬਣ ਗਿਆ। ਇਹ ਮਲੂਕਾ ਸਾਹਿਬ ਦੇ ਬੱਚੇ ਤਾਂ ਜੇ ਗਏ ਆ, ਕਈ ਤਾਂ ਐਮ ਪੀ ਸੀਟਿੰਗ ਐਮ ਪੀ ਚਲੇ ਗਏ, ਕਈਆਂ ਨੂੰ ਟਿਕਟਾਂ ਦਿੱਤੀਆਂ ਉਹ ਚਲੇ ਗਏ, ਮੱਝ ਨਾਲ ਸੰਗਲ ਵੀ ਚਲਿਆ ਗਿਆ। ਸਿੱਧੂ ਮਹਾਰਾਜ ਸਾਹਿਬ ਕੁਝ ਦਿਨ ਪਹਿਲਾਂ, ਮੈਨੂੰ ਲੱਗਦਾ 2 ਕੁ ਦਿਨ ਪਹਿਲਾਂ ਆਪਾਂ ਬੈਠੇ ਸੀ ਇਕੱਠੇ, ਤੁਸੀਂ ਕਿਹਾ ਸੀ ਮਲੂਕਾ ਸਾਹਿਬ ਦੇ ਘਰੇ ਸਭ ਅੱਛਾ, ਕੋਈ ਗੱਲਬਾਤ ਨਹੀਂ, ਪਰ ਮਲੂਕਾ ਸਾਹਿਬ ਦੇ ਨੌ ਪੁੱਤ ਤੁਹਾਡੇ ਪੁਰਾਣੇ ਸਾਥੀਆਂ ਨਾਲ ਬੀਜੇਪੀ ਨਾਲ ਚਲੇ ਗਏ? ਦੇਖੋ, ਰਾਜਨੀਤੀ ਦੇ ਵਿੱਚ ਕੋਈ ਗੱਲ ਰੂਲ ਆਊਟ ਤਾਂ ਹੋ ਨਹੀਂ ਸਕਦੀ, ਕੋਈ ਗੱਲ ਐਸੀ ਨਹੀਂ ਵੀ ਇਹ ਸੰਭਵ ਨਹੀਂ ਹੁੰਦੀ, ਪਰ ਮਤਲਬ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਗੱਲਾਂ 'ਤੇ ਆਪਾਂ ਨੂੰ ਵਿਸ਼ਵਾਸ ਹੁੰਦਾ, ਔਰ ਅੱਜ ਜਿਵੇਂ ਲੜਾਈ ਲੋਕ ਸਭਾ ਦੀ ਬਣ ਰਹੀ ਆ, ਮੈਂ ਸਮਝਦਾ ਪਹਿਲੀ ਵਾਰੀ ਹੋਣਾ ਵੀ ਇਹ ਐਮ ਪੀ ਦੀ ਚੋਣ ਘੱਟ ਆ, ਇਹ ਪੰਜਾਬ ਦੀ ਇੱਜ਼ਤ ਦਾ, ਪੰਜਾਬ ਦੀ ਮੁੱਛ ਦਾ, ਪੰਜਾਬ ਦੀ ਗੈਰਤ ਦੇ ਅਣਖ ਦਾ ਸਵਾਲ ਵੱਧ ਬਣ ਗਿਆ। ਅੱਜ ਤੁਸੀਂ ਦੇਖ ਰਹੇ ਹੋ ਇੱਥੇ ਆ ਬਹਿਲੋਲਪੁਰ ਪਿੰਡ ਆ ਸਾਡਾ, ਇੱਥੇ ਸਰਪੰਚ ਸਾਹਿਬ ਮਨਜੀਤ ਸਿੰਘ ਹੁਣੀ ਖੜ੍ਹੇ ਨੇ, ਪਰ ਸਾਰਾ ਇਲਾਕਾ ਖੜ੍ਹਾ, ਲੋਕਾਂ ਨੇ ਵਕਾਰ ਦਾ ਸਵਾਲ ਬਣਾ ਲਿਆ, ਲੋਕ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ, ਧੜੇਬੰਦੀ ਤੋਂ ਉੱਪਰ ਉੱਠ ਕੇ, ਧਰਮ ਜਾਤ ਤੋਂ ਉੱਪਰ ਉੱਠ ਕੇ, ਨਿਰੋਲ ਪੰਜਾਬੀ ਹੋਣ ਦੇ ਨਾਤੇ, ਜਿਹਨੇ ਪੰਜਾਬੀ ਮਾਂ ਦਾ ਦੁੱਧ ਪੀਤਾ, ਪੰਜਾਬ ਦਾ ਖਾਧਾ ਪੀਤਾ ਹੰਢਾਇਆ, ਅੱਜ ਉਹ ਮਹਿਸੂਸ ਕਰ ਰਿਹਾ ਵੀ ਸਾਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ। ਪਰ ਚੰਦੂ ਮਹਾਰਾਜ ਸਾਹਿਬ, ਬੇਸ਼ੱਕ ਤੁਸੀਂ ਪੰਜਾਬ ਬਚਾਓ ਯਾਤਰਾ ਚਲਾ ਰਹੇ ਹੋ, ਪਰ ਨਾਲ ਲੀਡਰ ਬਚਾਉਣ ਵਾਲਾ ਕੰਮ ਵੀ ਮਤਲਬ ਸ਼ੁਰੂ ਕਰਨਾ ਪੈਣਾ। ਚੇਅਰਮੈਨ ਰਹੇ ਨੇ ਤੁਹਾਡੇ ਵੇਲੇ ਗੁਰਪ੍ਰੀਤ ਸਿੰਘ ਮਲੂਕਾ ਹੋਣੀ, ਔਰ ਉਹਨਾਂ ਦੀ ਪਤਨੀ ਤੇ ਮਲੂਕਾ ਸਾਹਿਬ ਦੀ ਨੌਂ, ਉਹਨੂੰ ਉਹ ਜਦੋਂ IAS ਹੋਏ ਨੇ ਉਦੋਂ ਵੀ ਕਿੰਨੀਆਂ ਚਰਚਾਵਾਂ ਸਭ ਸੁਣਦੇ ਰਹੇ ਨੇ, ਸਭ ਨੂੰ ਯਾਦ ਹੈ। ਦੇਖੋ, ਗੱਲ ਇਹ ਆ ਵੀ ਰਾਜਨੀਤੀ, ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ, ਤੇ ਅੱਜ ਜਿਹੜਾ ਰਾਜਨੀਤੀ ਦਾ ਮਾਹੌਲ ਪੈਦਾ ਹੋ ਰਿਹਾ, ਮੈਨੂੰ ਇਸ ਗੱਲ ਦੇ ਮੈਂ ਸਰੇਆਮ ਕਹਿ ਸਕਦਾ ਕਿ ਜਿਹੜੀਆਂ ਰਾਸ਼ਟਰੀ ਪਾਰਟੀਆਂ, ਨੈਸ਼ਨਲ ਪਾਰਟੀਆਂ, ਉਹ ਦਾਦਾਗਿਰੀ ਕਰਨ ਲੱਗ ਗਈਆਂ। ਨੈਸ਼ਨਲ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੂੰ ਖਤਮ ਕਰਨ 'ਤੇ ਤੁਰੀਆਂ, ਦੇਸ਼ ਦੇ ਅੰਦਰ ਖੇਤਰੀਵਾਦ ਨੂੰ ਬਹੁਤ ਵੱਡਾ ਖਤਰਾ ਖੜ੍ਹਾ ਹੋ ਗਿਆ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ, ਇਹਨਾਂ ਵੱਲੋਂ ਇਹ ਆਪਣੇ ਸਾਧਨ ਵਰਤ ਕੇ ਆਪਣੇ ਯਤਨਾਂ ਰਾਹੀਂ ਮੁਲਕ ਦੇ ਵਿੱਚ ਖੇਤਰੀਵਾਦ ਨੂੰ ਖਤਮ ਕਰਨਾ ਚਾਹੁੰਦੀਆਂ ਨੇ, ਅਤੇ ਖੇਤਰੀਵਾਦ ਦੇ ਵਿੱਚ ਜਿਹੜੀਆਂ ਕੋਈ ਬੰਦਾ, ਕੋਈ ਪਰਿਵਾਰ, ਕੋਈ ਵਿਅਕਤੀ ਇਹਨਾਂ ਦੇ ਹੱਥ ਲੱਗਦਾ, ਉਹਨੂੰ ਮਤਲਬ ਭਰਮਾ ਕੇ ਆਪਣੇ ਨਾਲ ਲਾ ਕੇ, ਮਤਲਬ ਇੱਕ ਕਿਸਮ ਦੀ ਸਿਧਾਂਤਹੀਣ ਰਾਜਨੀਤੀ ਦੀ ਇੰਤਹਾ 'ਤੇ ਅੱਜ ਦੇਸ਼ ਖੜਿਆ ਹੋ ਗਿਆ। ਅਤੇ ਕਈ ਤਾਂ ਇਹ ਮਲੂਕਾ ਸਾਹਿਬ ਦੇ ਬੱਚੇ ਤਾਂ ਜੇ ਗਏ ਆ, ਕਈ ਤਾਂ ਐਮ ਪੀ ਸੀਟਿੰਗ ਐਮ ਪੀ ਚਲੇ ਗਏ, ਕਈਆਂ ਨੂੰ ਟਿਕਟਾਂ ਦਿੱਤੀਆਂ ਉਹ ਚਲੇ ਗਏ, ਮੱਝ ਨਾਲ ਸੰਗਲ ਵੀ ਚਲਿਆ ਗਿਆ। ਸਾਹਿਬ, ਹਰਜੀਤ ਸਿੰਘ ਗਰੇਵਾਲ ਹੁਣੇ ਥੋੜ੍ਹੀ ਦੇਰ ਪਹਿਲਾਂ ਸਾਡੇ ਨਾਲ ਜੁੜੇ ਹੋਏ ਸੀ, ਹਰਜੀਤ ਸਿੰਘ ਗਰੇਵਾਲ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਨਹੀਂ ਕਬੂਲ ਕੀਤਾ ਜਾ ਰਿਹਾ, ਉਹ ਕਹਿੰਦੇ ਤਾਂ ਕਰਕੇ ਜਿਹੜੇ ਆਗੂ ਨੇ ਉਹ ਸੱਜੇ ਖੱਬੇ ਭੱਜ ਰਹੇ ਨੇ, ਉਹ ਕਹਿੰਦੇ ਨੇ ਕਿ ਅਕਾਲੀ ਦਲ ਚੰਗਾ ਸੁਖਬੀਰ ਸਿੰਘ ਬਾਦਲ ਨੂੰ ਬਦਲ ਦਿਓ ਕਹਿੰਦੇ, ਤੇ ਪਾਰਟੀ ਬਚ ਜਾਏਗੀ, ਨਹੀਂ ਤਾਂ ਉਹ ਕਹਿੰਦੇ ਕਿ ਇਸੇ ਤਰ੍ਹਾਂ ਆਈ ਜਾਣਗੇ। ਉਹ ਇਸ ਕਿਸਮ ਦੀਆਂ ਗੱਲਾਂ ਜਿਹੜੇ ਆ ਵਿਰੋਧੀ ਕਰਦੇ ਹੁੰਦੇ ਨੇ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਦੋਂ ਅਕਾਲੀ ਦਲ ਚੋਣਾਂ ਜਿੱਤਦਾ ਸੀ, ਜਦ ਤੱਕ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ, ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਬਹੁਤ ਵਧੀਆ, ਜੇ ਹੁਣ ਸੋਸ਼ਲ ਮੀਡੀਆ ਦੇ ਝੂਠੇ ਪ੍ਰਚਾਰ ਨੇ ਅਕਾਲੀ ਦਲ ਨੂੰ ਪਿੱਛੇ ਹਾਰ ਦਿੱਤੀ, ਹੁਣ ਸੁਖਬੀਰ ਸਿੰਘ ਬਾਦਲ ਮਾੜਾ ਲੱਗਣ ਲੱਗ ਗਿਆ। ਸੋ ਇਹ ਗੱਲਾਂ ਜਿਹੜੀਆਂ ਨੇ, ਮੈਂ ਸਮਝਦਾ ਕਿ ਜਦੋਂ ਕਿਸੇ ਨੇ ਜਾਣਾ ਹੋਵੇ ਉਹ ਤਾਂ ਬਹਾਨੇ ਵੀ ਬਣਦੇ ਨੇ, ਪਰ ਅੱਜ ਸੱਚੀ ਮਾਇਨਿਆਂ ਵਿੱਚ ਗੱਲ ਇਹ ਆ ਵੀ ਅੱਜ ਪੰਜਾਬ ਨੂੰ ਜੇ ਕੋਈ ਬਚਾ ਸਕਦਾ, ਪੰਜਾਬ ਦੀ ਕੋਈ ਰਾਖੀ ਕਰ ਸਕਦਾ, ਪੰਜਾਬ ਲਈ ਕੋਈ ਖੜ ਸਕਦਾ, ਜਾਂ ਇਹ ਕਹਿ ਲਓ ਕਿ ਪੰਜਾਬ ਦੇ ਹਿੱਤਾਂ ਲਈ, ਪੰਜਾਬ ਨੂੰ ਬਚਾਉਣ ਲਈ ਸਿੱਧੇ ਤੌਰ ਤੇ ਦਿੱਲੀ ਨਾਲ ਜੇ ਸਿੰਘ ਫਸਾਏ ਨੇ ਕਿਸੇ ਨੇ, ਤਾਂ ਅਕਾਲੀਆਂ ਨੇ ਫਸਾਏ ਨੇ। ਸਿਕੰਦਰ ਸਿੰਘ ਮਲੂਕਾ, ਦੇਖੋ ਬਾਦਲ ਪੁਰਾ ਦੇ ਬਹੁਤ ਨੇੜੇ ਮੰਨੇ ਗਏ, ਅਕਾਲੀ ਦਲ ਦੇ ਵੱਡੇ ਆਗੂ ਜਿਹੜਾ ਮੰਨੇ ਜਾਂਦੇ ਨੇ, ਤਾਂ ਸਿਕੰਦਰ ਸਿੰਘ ਮਲੂਕਾ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਕਿਉਂਕਿ ਪਹਿਲਾਂ ਚਰਚਾਵਾਂ ਐਸੀਆਂ ਵੀ ਸੀ ਕਿ ਕਿਧਰੇ ਕੁਝ ਹੋਰ ਵੀ ਨਾ ਹੋ ਜਾਵੇ।
ਦੇਖੋ ਸਾਨੂੰ ਜਿਵੇਂ ਤੁਸੀਂ ਮੇਰਾ ਕਿਹਾ ਸੀ ਵੀ ਤੁਹਾਨੂੰ ਕਿਹਾ ਸੀ ਵੀ ਸਭ ਅੱਛਾ, ਕੋਈ ਗੱਲ ਨਹੀਂ, ਕੱਲਾ ਮੈਨੂੰ ਨਹੀਂ ਸੀ, ਸਿਕੰਦਰ ਸਿੰਘ ਮਲੂਕੇ ਹੋਰਾਂ ਨੂੰ ਆਪ ਇਸ ਗੱਲ ਦਾ ਵਿਸ਼ਵਾਸ ਸੀ ਕਿ ਬੱਚੇ ਇਸ ਤਰ੍ਹਾਂ ਨਹੀਂ ਕਰਨਗੇ, ਪਰ ਕਈ ਵਾਰੀ ਬੱਚੇ ਬਾਪ ਤੋਂ ਬਾਹਰੇ ਹੋ ਜਾਂਦੇ ਆ, ਸੋ ਇਹ ਬੇਬਸ ਵੀ ਹੋ ਜਾਂਦੇ ਆ। ਅੱਜ ਤਾਂ ਇਹ ਤਾਂ ਬੱਚੇ ਨੇ, ਕਈ ਵਾਰੀ ਘਰ ਵਾਲੀ ਅਲੱਗ ਆ, ਘਰ ਵਾਲਾ ਅਲੱਗ ਆ। ਮਲੂਕਾ ਸਾਹਿਬ ਡਟੇ ਰਹਿਣਗੇ ਨਾਲ ਤੁਹਾਨੂੰ ਲੱਗਦਾ? ਮਲੂਕਾ ਸਾਹਿਬ ਤਾਂ ਡਟੇ ਰਹਿਣਗੇ, ਮਲੂਕਾ ਸਾਹਿਬ ਤਾਂ ਆਪ ਇਸ ਗੱਲ ਦਾ ਫਿਕਰ ਕਰਦੇ ਸੀ, ਕੁਦਰਤੀ ਤੌਰ ਤੇ ਮਨ ਤੇ ਹੁੰਦਾ ਹੀ ਆ। ਚੰਦੂਮਾਰ ਸਾਹਿਬ, ਇਹਦਾ ਮਤਲਬ ਹੁਣ ਉਹ ਗੱਲ ਹੋ ਗਈ ਕਿ ਪਹਿਲਾਂ ਘਰੇ ਆ ਧੀਆਂ ਪੁੱਤਾਂ ਨੂੰ ਸਮਝਾ ਕੇ ਜਾਣਾ ਪਿਆ ਕਰੂਗਾ ਵੀ ਮੈਂ ਮਾੜਾ ਕੰਮ ਚੱਲਿਆ, ਬਾਹਰ ਪ੍ਰਚਾਰ ਤੇ ਚੱਲਿਆ, ਸ਼ਾਮ ਤੱਕ ਪਾਰਟੀ 'ਚ ਹੀ ਰਹੋ? ਨਹੀਂ, ਗੱਲ ਤਾਂ ਇਹ ਤਾਂ ਤੁਸੀਂ ਜੋ ਮਰਜ਼ੀ ਕਹਿ ਲਓ, ਕਿਉਂਕਿ ਅੱਜ ਮੁਲਕ ਦੇ ਵਿੱਚ ਹਾਲਾਤ ਐਸੇ ਬਣ ਗਏ। ਹਾਂ ਦੇਖੋ ਨਾ, ਤੁਹਾਨੂੰ ਮੈਂ ਦੱਸਿਆ ਵੀ ਟਿਕਟਾਂ ਦਿੱਤੀਆਂ ਲੈ ਕੇ ਭੱਜ ਗਏ, ਮਤਲਬ ਇਹ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਆ? ਸਿਟਿੰਗ MP ਭੱਜ ਗਏ, ਇਹ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਆ? ਮਲੂਕਾ ਸਾਹਿਬ ਵਾਲੇ ਘਟਨਾਕ੍ਰਮ ਤੋਂ ਬਾਅਦ ਹੁਣ ਬਾਕੀ ਲੀਡਰਾਂ ਨੂੰ ਤੁਸੀਂ ਘਰੇ ਗੱਲ ਫੋਨ ਕੀਤੇ, ਸਾਰੇ ਲੀਡਰ ਨਹੀਂ ਲੱਗਦਾ ਕਿ ਆਪਦੇ ਜਵਾਕਾਂ ਨੂੰ ਸਮਝਾਉਣ ਲੱਗ ਜਾਣਗੇ? ਵੇਖਿਓ ਕਿਤੇ ਨਹੀਂ ਇਸ ਤਰ੍ਹਾਂ ਦੀ ਗੱਲ ਕਿਤੇ, ਜਿਵੇਂ ਕਹਿੰਦੇ ਆ ਕੋਈ ਇਕੱਲਾ ਕਹਿ ਰਿਹਾ, ਇਸ ਤਰ੍ਹਾਂ ਦੀ ਗੱਲ ਵੱਧ ਜਾਂਦੀ ਆ, ਇਹ ਸਾਰਿਆਂ ਤੇ ਲਾਗੂ ਨਹੀਂ ਹੁੰਦੀ। ਤੇ ਨਾਲ ਹੁਣ ਜਿਹੜੀ ਅਸਲੀ ਮੈਂ ਵੀ ਜਾੜਾ ਜਿਹੜੀ ਜਾੜੇ ਆ ਵੀ ਅੱਜ ਸੱਤਾ ਤੇ ਕਾਬਜ ਸਿਧਾਂਤਹੀਨ ਲੋਕ ਆ ਗਏ, ਇਹ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਸੱਤਾ ਤੇ ਕਬਜ਼ਾ ਕਰ ਲਿਆ, ਇਹਨਾਂ ਨੇ ਮੁਲਕ ਦਾ ਤਬਾਹ ਕਰ ਦੇਣਾ, ਮੁਲਕ ਦਾ ਬੇੜਾ ਬਿਠਾ ਦੇਣਾ। ਤੁਹਾਡੇ ਪੁਰਾਣੇ ਮਿੱਤਰਾਂ ਨੇ ਸੇਧ ਮਾਰੀ ਸ਼ੁਰੂ ਕਰਤੀ, ਪਹਿਲਾਂ ਗੱਠਜੋੜ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਜਦੋਂ ਗੱਲ ਸਿਰੇ ਨਹੀਂ ਲੱਗੀ ਤੁਹਾਡੇ ਘਰੇ ਸੇਧ ਲਾਉਣੀ ਸ਼ੁਰੂ ਕਰਤੀ ਬੀਜੇਪੀ ਨੇ? ਜਿਵੇਂ ਕਹਿੰਦੇ ਵੀ ਜ਼ੋਰ ਜਮਾ ਕੇ ਹਰ ਇੱਕ ਬੰਦਾ ਦੇਖਦਾ, ਜਿਸ ਹੱਥ ਜ਼ੋਰ ਕਰ ਦੇਖੇ ਸੋਈ, ਮਤਲਬ ਜਿਹਦੇ ਹੱਥ ਜ਼ੋਰ ਆ ਉਹਨੇ ਆਪਣਾ ਜ਼ੋਰ ਜਮਾਈ ਕਰਨੀ ਹੁੰਦੀ ਆ। ਮਤਲਬ ਸੱਤਾ ਜਿਹੜੀ ਆ ਉਹ ਕੁਦਰਤੀ ਤੌਰ ਤੇ ਬੰਦਾ ਉਹਨੂੰ ਵਰਤੋਂ ਕਰਦਾ। ਐਸੇ ਹਾਲਾਤਾਂ 'ਚ ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ ਹੁਣ ਤੁਸੀਂ ਜੋ ਕੁਝ ਚੱਲ ਰਿਹਾ? ਉਹ ਕੋਈ ਇੱਕ ਅੱਧੇ ਬੰਦੇ ਦੇ ਜਾਣ ਨਾਲ ਅਕਾਲੀ ਦਲ ਦਾ ਇਸ ਤਰ੍ਹਾਂ ਦੀ ਗੱਲ, ਅਕਾਲੀ ਦਲ ਇੱਕ ਸਿਧਾਂਤ, ਨਾਲੇ ਅਕਾਲੀ ਦਲ ਜਿਹੜੀ ਲੜਾਈ ਲੜ ਰਿਹਾ ਉਹ ਪੰਜਾਬ ਦੀ ਲੜਾਈ ਲੜ ਰਿਹਾ। ਅਕਾਲੀ ਦਲ ਸੌਖਾ ਜੇ MP ਦੀ ਜਾਂ ਸੱਤਾ ਲੈਣ ਦੀ ਗੱਲ ਹੁੰਦੀ ਤਾਂ ਸੌਖਾ ਲੈ ਸਕਦਾ ਸੀ, ਪਰ ਇਤਿਹਾਸ ਨੇ ਸਵਾਲ ਪੁੱਛਣੇ ਸੀ, ਤੁਸੀਂ ਲੋਕਾਂ ਨੇ ਸਵਾਲ ਪੁੱਛਣੇ ਸੀ ਕਿ ਪੰਜਾਬ ਦਾ ਕੀ ਕੀਤਾ। ਅਤੇ ਅੱਜ ਜੇ ਪੰਜਾਬ ਲਈ ਕੋਈ ਖੜਿਆ, ਪੰਜਾਬ ਲਈ ਕੋਈ ਦਰਦ ਰੱਖਦਾ ਤਾਂ ਉਹ ਅਕਾਲੀ ਦਲ ਆ। ਅਤੇ ਮੈਨੂੰ ਪੂਰੀ ਆਸ ਆ ਵੀ ਪੰਜਾਬ ਦੇ ਲੋਕਾਂ ਵਿੱਚ ਪੰਜਾਬੀ ਬਣੇ ਦੀ ਭਾਵਨਾ ਪੈਦਾ ਹੋਏਗੀ, ਪੰਜਾਬ ਦੇ ਲੋਕਾਂ ਵਿੱਚ ਪੰਜਾਬੀਅਤ ਦਾ ਖਿਆਲ ਹੋਏਗਾ। ਜੇ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਹਨੇ ਪੰਜਾਬੀ ਮਾਂ ਦਾ ਦੁੱਧ ਪੀਤਾ, ਪੰਜਾਬ ਦਾ ਖਾਧਾ ਪੀਤਾ, ਹੰਢਾਇਆ, ਉਹ ਅੱਜ ਪੰਜਾਬ ਨਾਲ ਖੜੇਗਾ। ਦਿੱਲੀ ਅਤੇ ਪੰਜਾਬ ਦੀ ਲੜਾਈ ਦੇ ਵਿੱਚ ਪੰਜਾਬ ਨਾਲ ਲੋਕ ਖੜਨਗੇ ਪੰਜਾਬ ਦੇ, ਔਰ ਪੰਜਾਬ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ। ਹੁਣ ਖੁੰਡੀਆਂ ਦੇ ਸਿੰਘ ਫਸੇ ਨੇ, ਹੁਣ ਮੈਂ ਸਮਝਦਾ ਅਕਾਲੀ ਦਲ ਜਦੋਂ ਵੀ ਦਿੱਲੀ ਦੇ ਨਾਲ ਸਿੰਘ ਫਸਾ ਕੇ ਲੜਿਆ ਤਾਂ ਅਕਾਲੀ ਦਲ ਹਮੇਸ਼ਾ ਜਿੱਤ ਹਾਸਲ ਕਰਕੇ ਗਿਆ।